सब्सक्राइब करो पंजाबी रील टीवी ट्रेलवी नप दो नप दो। हेलो जी, माय नेम इज अमेजिंग एंड शेयर्स दिलप्रीत कौर। सशिकाल सो की हाल चाल ने थोड़े? ठीक ठाक हो? असि भी बहुत वधिया। धन्नवाद तुहाडा पुछण दे लई, भावें तुसी पुछो या ना, पर असी ख्याल रखना तुहाडा साडी जिम्मेवारी है। मैं रट के बोलिया इह वसे जी बोलिया बहुत वधिया बोले। यस सो अज असी एक वीडियो लैके हाजिर हो गए तुहाडे अगे, फिर उहदा दवांगे तुहानू रिएक्शन। मतलब साडे तुसी चेहरे देखियो साडी बूथी नू किदां बना रहे हां असी बूथियां दोनों जने बह के इत्थे। अज की वीडियो हैगी है, मैं ही दस दा। दस दो जी। वर्ल्ड कप ते जिहड़ा सोंग एक बनाया है बंगलादेश ते। यस एंड मैं तुहानू दस देना चाहुंदा कि बंगलादेश क्रिकेट बोर्ड ने मिलके बनाया लाइफ बॉय दे नाल। लाइफ बॉय इज द ब्रांड जिहड़ा कि कहिंदे आ उहदे नाल लाइफ बॉय इंडिया विच पाकिस्तान विच ओह नौदे आ। हाली हाली बोलदे हो सारे बोर हो जाणगे। ते उहदा इक फैक्ट इह सीगा कि कहिंदे वी चाइना दे विच पता नहीं जापान दे विच कहिंदे कुत्तियां नू लाइफ बॉय नाल नवाउंदे आ। सो पता नहीं है जान के एक चीज़ वायरल की गई सी या यह सच्ची सच है। सो सच्ची सच है कि नहीं सच, यह आपां कोई लेना देना नहीं। आप अज्जे वीडियो देखा, वीडियो करा शुरू, पर उस तो पहले अपने चैनल सबसक्राइब कर दो, हिट द बेल आइकन एज़ वेल, तो नोटिफिकेशन तुहाडे कोल तुहानू मिलदी रहे। सो वीडियो करांगे स्टार्ट, लेट गेट स्टार्टेड। लाइव बॉय सारे कीटाणु मार देने। ओ ओ वाह गुड। ਇਹ ਬੰਗਲਾਦੇਸ਼ ਦੀ ਕ੍ਰਿਕਟ ਟੀਮ ਹੈ। ਮੈਨੂੰ ਤਾਂ ਮੈਂ ਕਿਹੜਾ ਦੇਖਦੀ ਹਾਂ, ਉਹੀ ਹੋਣੀ ਹੈ ਉਹੀ ਹੋਣੀ ਹੈ। ਲੈਂਗੁਏਜ ਕੋਈ ਹੋਰ ਆਪਾਂ ਨੇ ਸਮਝ ਨਹੀਂ ਆਉਣੀ। ਛੋਟਾ ਬੇਬੀ ਮਤਲਬ ਇਹ ਛੋਟੇ ਬੱਚਿਆਂ ਨੂੰ ਵੀ ਮਤਲਬ ਸਿਖਾਉਣੇ ਸ਼ੁਰੂ ਕਰ ਦਿੰਦੇ ਹੈ ਨਾ ਛੋਟੇ ਬੱਚੇ। ਹਾਂ ਯਾਰ ਸਬ ਟਾਈਟਲ ਹੈ ਨਹੀਂ ਤਾਂ ਆਪਾਂ ਨੂੰ ਸਮਝ ਲੱਗਣੀ ਸੀ ਵਧੀਆ। ਹਾਂਜੀ ਆਂਟੀ ਜੀ ਆਪਦੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਹੇ ਆ ਕ੍ਰਿਕਟ ਲਈ। ਲਾਈਵ ਬੋਏ ਡੰਗਾ ਆ ਜਾਣੇ ਗਲੇ ਸਾਰੇ ਇੰਟਰਸਟ ਨਾਲ ਮਤਲਬ ਵੀਡੀਓ ਬਣਾ ਰਹੇ ਆ ਨਾ ਇਹਦਾ ਸਾਰੀ। ਇਹ ਮੇਰੇ ਖਿਆਲ ਬੰਗਲਾਦੇਸ਼ ਦੇ ਕ੍ਰਿਕਟ ਟੀਮ ਦੇ ਜਿਹੜੇ ਪਲੇਅਰਸ ਆ। ਹਾਂਜੀ लड़की तो नहीं होगी। हाँ लड़कियाँ थी क्रिकेट टीम। क्रिकेट टीम में हरमन नेट्स फोर। ओ चौका बजा कुड़ी किन्नी गिर। ओह अरे गोलू जी कितना सोना। खेल पे टाइगर जीत पे टाइगर। वो टाइगर बने हुए ਵਰਲਡ ਕੱਪ ਚੱਲ ਰਿਹਾ ਤੇ ਉਹ ਸਪੋਰਟ ਕਰ ਰਿਹਾ ਆਪਦੀ ਟੀਮ ਨੂੰ ਤੇ ਨਾਲ ਨਾਲ ਜਿਹੜਾ ਲਾਈਫ ਬੋਏ ਹੈ ਉਹ ਵੀ ਮਤਲਬ ਘੈਂਟ ਹੈ ਨਾ। ਮਤਲਬ ਉਹਨੇ ਇਹਨਾਂ ਨੇ ਸਪੋਰਟ ਕੀਤੀ ਕ੍ਰਿਕਟ ਨੂੰ ਕਿਉਂਕਿ ਪਤਾ ਕ੍ਰਿਕਟ ਇਸ ਟਾਈਮ ਟ੍ਰੈਂਡਿੰਗ ਹੈ ਐਂਡ ਲਗਭਗ ਸਾਰੇ ਦੇਸ਼ਾਂ ਵਿੱਚ ਯਾਰ ਕ੍ਰਿਕਟ ਹੈ ਜੋ ਮੇਨ ਗੇਮ ਹੈ ਇੱਕ ਹੈ ਨਾ ਵੀ ਸਾਰੀ ਕੰਟਰੀਜ਼ ਦੇ ਵਿੱਚ ਮੇਰੇ ਖਿਆਲ ਕ੍ਰਿਕਟ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਹਾਂਜੀ ਚਾਹੇ ਜਿਹੜਾ ਮਰਜ਼ੀ ਹੋਵੇ ਸ਼੍ਰੀਲੰਕਾ ਬੰਗਲਾਦੇਸ਼ ਪਾਕਿਸਤਾਨ ਇੰਡੀਆ ਅਮੈਰੀਕਾ ਇੰਗਲੈਂਡ ਹੈ ਨਾ। ਚਲੋ ਅਮੈਰੀਕਾ ਇੰਗਲੈਂਡ ਵਿੱਚ ਹੋਰ ਵੀ ਕਾਫੀ ਸਾਰੀਆਂ ਜੋ ਗੇਮਸ ਆ ਜੋ ਅੱਗੇ ਚੱਲ ਰਹੀਆਂ ਪਰ ਜ਼ਿਆਦਾਤਰ ਜਿਹੜੀ ਤਵੱਜੋ ਦਿੱਤੀ ਜਾਂਦੀ ਆ ਉਹ
ਹਮੇਸ਼ਾ ਕ੍ਰਿਕਟ ਨੂੰ ਦਿੱਤੀ ਜਾਂਦੀ ਹੈ। ਸੋ ਹੋਰ ਗੱਲਾਂ ਨਾ ਕਰਦੇ ਹੋਏ ਆਪਾਂ ਵੀਡੀਓ ਦੇ ਬਾਰੇ ਗੱਲ ਕਰਾਂਗੇ, ਵੀਡੀਓ ਦੇ ਵਿੱਚ ਆਪਾਂ ਕੀ ਕੁਝ ਦੇਖਿਆ। ਤੁਹਾਨੂੰ ਗੱਲ ਦੱਸਾਂ ਜੀ, ਵੈਸੇ ਕ੍ਰਿਕਟ ਮਤਲਬ 2-3 ਦਿਨ ਹਫ਼ਤਾ ਦੇਖੋ ਨਾ, ਬਹੁਤ ਜ਼ਿਆਦਾ ਇੰਟਰਸਟ ਪੈਦਾ ਹੋਇਆ, ਮਤਲਬ ਐਡਿਕਟ ਹੋ ਜਾਂਦੇ ਆਪਾਂ। ਹਾਂਜੀ, ਬੰਦਾ ਛੱਡ ਨਹੀਂ ਸਕਦਾ ਕ੍ਰਿਕਟ। ਸੋ ਅੱਜ ਦੀ ਗੱਲ ਕਰੀਏ ਜੀ ਵੀਡੀਓ ਦੀ, ਵੀਡੀਓ ਵਿੱਚ ਆਪਾਂ ਦੇਖਿਆ ਕਿ ਕਿੱਦਾਂ ਬੱਚੇ ਆ ਜਿਹੜੇ ਉਹ ਮਤਲਬ ਕ੍ਰਿਕਟ ਖੇਡ ਰਹੇ ਆ। ਸੋ ਇੱਥੋਂ ਪਤਾ ਲੱਗਦਾ ਕਿ ਬੰਗਲਾਦੇਸ਼ ਦੇ ਵਿੱਚ ਕ੍ਰਿਕਟ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਅਤੇ ਉਹ ਜਦੋਂ ਤੋਂ ਬੱਚਾ ਛੋਟਾ ਹੈ। ਹਾਂਜੀ, ਨਹੀਂ ਤੁਸੀਂ ਬੋਲੋ, ਬੰਗਲਾਦੇਸ਼ ਦੇ ਸਾਰੇ ਪਾਸੇ ਪਸੰਦ ਕਰਦੇ ਆ। ਹਾਂਜੀ ਠੀਕ ਹੈ, ਪਹਿਲਾਂ ਮੈਂ ਬੋਲਾਂ ਹੁਣ ਫਿਰ ਤੁਸੀਂ ਬੋਲਿਓ। ਸੋ ਮੈਂ ਇਹ ਕਹਿ ਰਿਹਾ ਸੀ ਕਿ ਇੱਥੋਂ ਇਹ ਪਤਾ ਲੱਗਦਾ ਕਿ ਜਿਹੜੇ ਬੱਚੇ ਹੈ ਵੀ ਉਹ ਕ੍ਰਿਕਟ ਖੇਡਦੇ ਆ ਸ਼ੁਰੂ ਤੋਂ ਹੀ, ਕਿਉਂਕਿ ਉਹਨਾਂ ਦੀ ਮਨਪਸੰਦੀਦਾ ਖੇਡ ਆ ਅਤੇ ਜਿਹੜੀ ਫੈਮਿਲੀਜ਼ ਆ ਉਹ ਵੀ ਉਹਨਾਂ ਨੂੰ ਸਪੋਰਟ ਕਰਦੀ ਆ। ਮੈਨੂੰ ਫਿਰ ਗੱਲ ਯਾਦ ਆ ਗਈ, ਗੋਏ ਹੁਣ ਬੋਲੋ, ਹੁਣ ਮੇਰੀ ਗੱਲ ਪੂਰੀ। ਮੈਂ ਵੀ ਛੋਟੇ ਹੁੰਦੇ ਖੇਡਦੀ ਹੁੰਦੀ ਸੀ, ਮੈਨੂੰ ਵੀ ਇੰਟਰਸਟ ਹੁੰਦਾ ਸੀ। ਹੁਣ ਹੁਣ ਇਹ ਨਾ ਕਹਿ ਦਿਓ ਕਿ ਜਦੋਂ ਆਪਣਾ ਵਿਆਹ ਹੋਇਆ ਉਸ ਤੋਂ ਬਾਅਦ ਤੁਸੀਂ ਕ੍ਰਿਕਟ ਬੰਦ ਕਰਤੀ। ਆਹੀ ਗੱਲ ਹੈ, ਬਸ ਮੇਰੇ 'ਤੇ ਬਲੇਮ ਸਾਰਾ ਸਿੱਟਤਾ। ਉਹ ਯੂਜਲੀ ਮੈਨੂੰ ਆਦਤ ਹੋ ਚੁੱਕੀ ਹੈ ਕਿਉਂਕਿ ਹੁਣ ਘਰ ਵਾਲੀਆਂ ਘਰ ਵਾਲੇ 'ਤੇ ਬਲੇਮ ਹੀ ਕਰਦੀਆਂ ਹੁੰਦੀਆਂ ਕੋਈ ਵੀ ਗੱਲ ਹੋ ਜਾਏ। ਸੋ ਇਹ ਬਲੇਮ ਹੁਣ ਮੇਰੇ ਸਿਰ 'ਤੇ ਕਿ ਇਹਨਾਂ ਨੇ ਮੇਰੇ ਕਰਕੇ ਕ੍ਰਿਕਟ ਛੱਡੀ ਹੈ। ਸਹੀ ਗੱਲ ਹੈ ਸੀ। ਚਲੋ ਸੋ ਮਾੜਾ ਵੀਡੀਓ ਬਾਰੇ ਗੱਲ ਕਰ ਲਈਏ, ਹੁਣ ਆਪਾਂ ਟਾਈਮ ਹੀ ਨਹੀਂ ਹੁੰਦਾ ਵੀਡੀਓ ਬਾਰੇ ਗੱਲ ਕਰ ਲਈਏ। ਹਾਂਜੀ ਕਰੋ ਜੀ, ਫਿਰ ਬਸ ਇਹ ਦਿਖਾ ਰਹੇ ਇੰਟਰਸਟ ਹੋਰ ਇਹਦੇ ਵਿੱਚ ਮੇਰਾ ਹੁਣ ਜੀ ਕਰੀ ਜਾਂਦਾ ਮੈਂ ਵੇਖਾਂ ਸ਼ੁਰੂ ਕਰਾਂ। ਵੈਸੇ ਹਾਂ ਵਰਲਡ ਕੱਪ ਚੱਲ ਰਿਹਾ, ਮੈਨੂੰ ਵੀ ਐਂ ਲੱਗ ਰਿਹਾ ਯਾਰ ਕਿ ਆਪਾਂ ਦੇਖੀਏ ਸ਼ੁਰੂ ਕਰੀਏ ਹੈ ਨਾ ਫਿਰ ਤੋਂ। ਅਤੇ ਅੱਛਾ ਮੇਰੀ ਗੱਲ ਫਿਰ ਵਿੱਚ ਰਹਿ ਗਈ, ਮੈਂ ਇਹ ਕਹਿ ਰਿਹਾ ਸੀਗਾ ਕਿ ਜਿਵੇਂ ਜਿਹੜੇ ਲੋਕ ਵੀ ਆ ਉਹ ਸਪੋਰਟ ਕਰ ਰਹੇ ਕ੍ਰਿਕਟ ਨੂੰ, ਲਾਈਕ ਜਿਵੇਂ ਆਪਦੇ ਬੱਚਿਆਂ ਨੂੰ ਉਹ ਲੈ ਕੇ ਜਾਂਦੇ ਆ ਕਿ ਬਈ ਤੁਸੀਂ ਕ੍ਰਿਕਟ ਖੇਡੋ, ਪਰ ਮੇਰੇ ਖਿਆਲ ਇੱਦਾਂ ਹੁੰਦਾ ਨਹੀਂ ਕਿਉਂਕਿ ਮਾਂ ਪਿਓ ਤਾਂ ਇਹੀ ਕਹਿੰਦੇ ਹੁੰਦੇ ਕਿ ਪੜ੍ਹੋ ਪੜ੍ਹੋ ਪੜ੍ਹਾਈ ਕਰੋ। ਨਹੀਂ ਕਈ ਲੋਕ ਇੱਦਾਂ ਵੀ ਜਾਂਦੇ ਆ ਵੀ ਪੜ੍ਹਨ ਦੇ ਨਾਲ ਨਾਲ ਕ੍ਰਿਕਟ ਵੀ ਖੇਡੋ, ਗੇਮਸ ਵੀ ਖੇਡੋ। ਸਹੀ ਹੈ, ਹਸਬੈਂਡ ਵਾਈਫ ਆਪਣੀ ਨੋਕ ਚੋਕ ਤਾਂ ਹੋਣੀ ਆ ਕਿਉਂਕਿ ਜਿਸ ਗੱਲ 'ਤੇ ਮੈਂ ਬੋਲ ਰਿਹਾ ਤੁਸੀਂ ਤਾਂ ਐਗਰੀ ਕਰਨਾ ਹੀ ਨਹੀਂ। ਸੋ ਕੋਈ ਗੱਲ ਨਹੀਂ, ਠੀਕ ਹੈ, ਤੁਹਾਡੀ ਗੱਲ 'ਤੇ ਐਗਰੀ ਹਾਂ ਕਰ ਰਹੀ ਹਾਂ। ਮਤਲਬ ਕਈ ਮਤਲਬ ਮਾਂ ਪਿਓ ਇੱਦਾਂ ਚਾਹੁੰਦੇ ਨੇ ਕਿ ਸਾਡੇ ਬੱਚੇ ਮਤਲਬ ਹਰੇਕ ਚੀਜ਼ ਤੋਂ ਹੁਸ਼ਿਆਰ ਹੋਣ। ਹਾਂ ਵੈਸੇ ਅੱਜ ਕੱਲ੍ਹ ਕੀ ਆ ਯਾਰ, ਹੋਣਾ ਵੀ ਚਾਹੀਦਾ ਕਿਉਂਕਿ ਜੇ ਇਕੱਲੀ ਪੜ੍ਹਾਈ ਪੜ੍ਹਾਈ ਤੁਸੀਂ ਪੜਾਕੂ ਕੀੜਾ ਬਣਨਾ ਨਾ, ਅਤੇ ਉਹਦੇ ਨਾਲ ਕੀ ਹੈ, ਇੱਕ ਤਾਂ ਤੁਸੀਂ 24 ਘੰਟੇ ਬੈਠੇ ਰਹਿੰਦੇ ਆ, ਅਤੇ ਅੱਜ ਕੱਲ੍ਹ ਦੇ ਬੱਚੇ ਕੋਈ ਇੱਦਾਂ ਵੀ ਹੈ ਨਹੀਂ ਵੀ ਜਿਹੜੇ ਬਾਹਰ ਜਾ ਕੇ ਉਹ ਮਿੱਟੀ ਵਿੱਚ ਖੇਡਣ, ਹੈ ਨਾ, ਅਤੇ ਉਹਨਾਂ ਨੂੰ ਘਰ ਬੈਠੀਆਂ 100 ਤਰ੍ਹਾਂ ਦੀਆਂ ਬਿਮਾਰੀਆਂ ਲੱਗਦੀਆਂ ਰਹਿੰਦੀਆਂ। ਅਤੇ ਕਿਉਂਕਿ ਜਿਹੜਾ ਪਹਿਲਾਂ ਦੇ ਜ਼ਮਾਨੇ 'ਚ ਕੀ ਹੁੰਦਾ ਸੀ, ਬੱਚੇ ਬਾਹਰ ਖੇਡਦੇ ਸੀ ਇਕੱਠੇ ਹੋ ਕੇ ਮਿੱਟੀ 'ਚ, ਕਦੇ ਲੜਕੇ ਆ ਗਏ, ਕਦੇ ਕੁਛ, ਕਦੇ ਛਿੱਤਰ ਖਾ ਲਏ ਕਿਸੇ ਤੋਂ, ਕਦੇ ਕੁੱਟ ਆਏ, ਕਦੇ ਖਾ ਲਈ ਕੁੱਟ, ਇਹੋ ਜਿਹਾ ਕੁਛ ਹੁੰਦਾ ਸੀ। ਪਰ ਅੱਜ ਕੱਲ੍ਹ ਜਵਾਕ ਟੈਕਨੀਕਲ ਜ਼ਮਾਨਾ ਆਈ ਜਾਂਦਾ, ਐਡਵਾਂਸ ਹੋਈ ਜਾਂਦੇ ਆ, ਫੋਨਾਂ 'ਤੇ ਲੱਗੇ ਰਹਿੰਦੇ ਆ, ਗੇਮਸ ਖੇਡਦੇ ਆ, ਪਲੇਸਟੇਸ਼ਨ, ਵੀਡੀਓ ਗੇਮਸ, ਹੈ ਨਾ, ਅਤੇ ਇਹੀ ਕੁਛ ਚੱਲਦਾ ਪਿਆ, ਕੰਪਿਊਟਰ, ਲੈਪਟੋਪ, ਅਤੇ ਉਹ ਘਰਾਂ 'ਚ ਬਹਿ ਕੇ ਜਵਾਕ ਨਾ ਇੱਥੋਂ ਤੱਕ ਹੀ ਰਹਿ ਗਏ ਆ, ਮਤਲਬ ਫਿਜ਼ੀਕਲੀ ਐਕਟੀਵਿਟੀਆਂ ਬਹੁਤ ਘੱਟ ਗਈਆਂ। ਹਾਂਜੀ, ਸੋ ਦੈਟਸ ਵਾਈ ਇਹ ਇੰਪੋਰਟੈਂਟ ਹੋ ਜਾਂਦਾ ਕਿ ਤੁਸੀਂ ਆਪਦੇ ਬੱਚਿਆਂ ਨੂੰ ਸਕੂਲ ਦੇ ਵਿੱਚ ਕਿਸੇ ਗੇਮ ਦੇ ਵਿੱਚ ਜ਼ਰੂਰ ਪਾਓ, ਨਾਲ ਨਾਲ ਪੜ੍ਹਾਈ ਵੀ ਹੋ ਜਾਏਗੀ, ਨਾਲ ਨਾਲ ਉਹ ਫਿੱਟ ਵੀ ਰਹੇਗਾ। ਸੋ ਇਹ ਜ਼ਰੂਰੀ ਹੈ, ਹੈ ਨਾ। ਦੇਖੀ ਮਤਲਬ ਕਈ ਬੱਚਿਆਂ ਦਾ ਇੰਟਰਸਟ ਹੈ, ਕਈ ਮਾਂ ਪਿਓ ਨਹੀਂ ਚਾਹੁੰਦੇ, ਪਰ ਮਾਂ ਪਿਓ ਨੂੰ ਵੀ ਸਪੋਰਟ ਕਰਨੀ ਚਾਹੀਦੀ ਇਸ ਚੀਜ਼ 'ਤੇ ਕਿ ਬੱਚਾ ਮੇਰੀ ਪੜ੍ਹਾਈ ਦੇ ਨਾਲ ਬਾਕੀ ਚੀਜ਼ਾਂ 'ਚ ਹੁਸ਼ਿਆਰ ਹੋਣਾ ਚਾਹੀਦਾ। ਸਹੀ ਗੱਲ ਹੈ, ਨਾਲੇ ਬੱਚਾ ਫਿਜ਼ੀਕਲੀ ਥੋੜ੍ਹਾ ਹੈਲਦੀ ਰਹਿੰਦਾ। ਹਾਂਜੀ, ਨਹੀਂ ਸਾ ਮਤਲਬ ਪੜ੍ਹਾਈ ਵਿੱਚ ਇੰਨਾ ਹੁਸ਼ਿਆਰ ਬਣਾ ਹੋਵੇ ਜਿੰਨਾ ਮਤਲਬ ਬਾਕੀ ਵੀ ਇੰਟਰਸਟ ਹੋਣਾ ਚਾਹੀਦਾ, ਬੰਦੇ ਨੂੰ ਗੱਲ ਹੀ ਨਾ ਕਰਨੀ ਆਵੇ। ਅੱਛਾ, ਮਤਲਬ ਪੜ੍ਹਾਈ ਵਿੱਚ ਇੰਨਾ ਹੁਸ਼ਿਆਰ ਨਹੀਂ ਹੋਣਾ ਚਾਹੀਦਾ, ਮਤਲਬ ਹੋਣਾ ਚਾਹੀਦਾ, ਮਤਲਬ ਸਮਝੋ ਵੀ ਹਾਂ ਬਾਕੀ ਚੀਜ਼ਾਂ ਵੀ ਹੁਸ਼ਿਆਰ ਹੋਣਾ ਚਾਹੀਦਾ ਕਿ ਹਾਂ ਕੋਈ ਵੀ ਆਪਾਂ ਕੁਸ਼ਚਨ ਪੁੱਟ ਕਰੀਏ ਅਤੇ ਆਨਸਰ ਦੇ ਸਕੇ। ਅੱਛਾ, ਮਤਲਬ ਤਾਂ ਤੁਸੀਂ ਕਹਿੰਦਾ ਮਤਲਬ ਵੀ ਜਨਰਲ ਨੌਲੇਜ ਹੋਣੀ ਚਾਹੀਦੀ। ਜਨਰਲ ਨੌਲੇਜ, ਹਾਂਜੀ, ਹਰੇਕ ਚੀਜ਼ ਦੀ। ਹਾਂ ਇਹ ਵੀ ਗੱਲ ਹੈ ਕਿਉਂਕਿ ਜਿਹੜੇ ਬੁੱਕ ਵਾਰਮਸ ਬਣ ਜਾਂਦਾ ਨਾ ਜਿਹੜਾ ਬੰਦਾ, ਉਹ ਰੱਟੇ ਹੀ ਲਾਉਂਦਾ ਯਾਰ, ਉਹ ਬਣਨਾ ਨਹੀਂ ਚਾਹੀਦਾ ਵੈਸੇ, ਹੈ ਨਾ। ਪਰ ਨਾਲ ਨਾਲ ਤੁਸੀਂ ਪੂਰੇ ਸੰਸਾਰ ਦੀ ਨੌਲੇਜ ਤਾਂ ਚਲੋ ਬੁੱਕਸ ਤੋਂ ਮਿਲਦੀ ਹੈ, ਪਰ ਅੱਜ ਕੱਲ੍ਹ ਈ ਬੁੱਕਸ ਹੀ ਆਉਂਦੀਆਂ ਜ਼ਿਆਦਾਤਰ, ਉਹ ਵੀ ਲੋਕ ਇੰਟਰਨੈਟ 'ਤੇ ਹੀ ਪੜ੍ਹਦੇ ਆ ਸਾਰਾ ਕੁਛ, ਅਤੇ ਜਿਹੜੀ ਬਾਕੀ ਨੌਲੇਜ ਦੀ ਗੱਲ ਰਹੀ ਤਾਂ ਜਵਾਕਾਂ ਨੂੰ ਮੇਰੇ ਖਿਆਲ ਅੱਜ ਕੱਲ੍ਹ ਨੌਲੇਜ ਜ਼ਿਆਦਾ ਹੁੰਦੀ ਹੈ ਛੋਟੇ ਬੱਚਿਆਂ ਨੂੰ। ਅੱਜ ਕੱਲ੍ਹ ਮਤਲਬ ਛੋਟੇ ਛੋਟੇ ਬੱਚੇ ਹੀ ਅੱਜ ਕੱਲ੍ਹ ਬੜੇ ਤੇਜ਼ ਆ। ਆਪਾਂ ਕਹਿੰਦੇ ਨਾ ਵੀ ਜਿਹੜਾ ਬੱਚਾ ਹੁਣ ਆਇਆ ਯਾਰ, ਇਹ ਤਾਂ ਕੰਪਿਊਟਰ ਹੀ ਹੈ ਇਹਦਾ ਦਿਮਾਗ, ਵੀ ਉਹ ਇੰਨੇ ਫਾਸਟ ਗਰੋ ਕਰਦੇ ਆ ਆਪਦੇ ਆਪ ਨੂੰ, ਜਿਹੜਾ ਉਸ ਤੋਂ ਫਿਰ ਬਾਅਦ 'ਚ ਹੋ ਜਾਂਦਾ ਫਿਰ ਕਹਿੰਦੇ ਹਾਏ ਇਹ ਉਸ ਤੋਂ ਵੀ ਜ਼ਿਆਦਾ ਤੇਜ਼ ਹੈ। ਹਾਂ, ਮਤਲਬ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਦੀ ਗੱਲ ਕਰੀਏ ਤਾਂ ਇਹ ਮਤਲਬ ਦਿਮਾਗ ਹੈ ਜਿਹੜਾ ਵਿਕਸਿਤ ਹੋਈ ਜਾਂਦਾ ਜ਼ਿਆਦਾ ਤੋਂ ਜ਼ਿਆਦਾ, ਅਤੇ ਉਹ ਮਤਲਬ ਫਾਸਟ ਗਰੋ ਕਰਦਾ, ਅਤੇ ਇਹਦੇ ਵਿੱਚ ਆਪਣਾ ਕੋਈ ਕਸੂਰ ਨਹੀਂ, ਠੀਕ ਹੈ, ਇਹ ਦੁਨੀਆ ਦਾ ਦਸਤੂਰ ਹੈ। ਸੋ ਇਹਦੇ ਨਾਲ ਹੀ ਆਪਾਂ ਅੱਜ ਦੀ ਵੀਡੀਓ ਨੂੰ ਖਤਮ ਕਰਾਂਗੇ, ਅਤੇ ਬਾਕੀ ਕਿਸੇ ਨੇ ਟੈਨਸ਼ਨ ਨਹੀਂ ਲੈਣੀ, ਠੀਕ ਹੈ। ਬੰਗਲਾਦੇਸ਼ ਦਾ ਜੋ ਐਂਥਮ ਸੀ ਸਾਨੂੰ ਬਹੁਤ ਅੱਛਾ ਲੱਗਾ, ਚਾਹੇ ਸਾਨੂੰ ਸਮਝ ਨਹੀਂ ਲੱਗਾ ਕੁਛ, ਬਟ ਫਿਰ ਵੀ ਅਸੀਂ ਇਹਨਾਂ ਦੀ ਭਾਵਨਾਵਾਂ ਨੂੰ ਸਮਝਦੇ ਹਾਂ, ਅਤੇ ਹੋਪ ਸੋ ਤੁਹਾਨੂੰ ਸਾਡਾ ਰਿਵਿਊ ਚੰਗਾ ਲੱਗਾ ਹੋਣਾ, ਸਮਝਦੇ ਮੇਰੀ ਗੱਲ। ਸੋ ਹੁਣ ਇਹ ਆਪਾਂ ਵੀਡੀਓ ਕਰਾਂਗੇ ਇੱਥੇ ਖਤਮ। ਉਸਤਾਦ ਮੇਰੇ ਵੱਲ ਕਿਉਂ ਦੇਖੀ ਜਾਂਦੇ?
ਤੁਸੀਂ ਆਹ ਜਿਹੜੇ ਡਾਇਲੋਗ ਜਿਹੇ ਮਾਰਦੇ ਹੋ ਮੈਨੂੰ ਨਹੀਂ ਚੰਗੇ ਲੱਗਦੇ। ਚਲੋ ਇਹ ਗੱਲ ਸੀ ਸਾਡੀ ਹਸਬੈਂਡ ਵਾਈਫ ਵਾਲੀ, ਠੀਕ ਹੈ। ਸੋ ਅਸੀਂ ਹੁਣ ਬੰਦ ਕਰਕੇ ਗੱਲਾਂ ਕਰਾਂਗੇ। ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਅਤੇ ਚੈਨਲ ਨੂੰ ਕਰੋ ਸਬਸਕ੍ਰਾਈਬ। ਪੰਜਾਬੀ ਰੀਲ ਟੀਵੀ ਆਪਣਾ ਇੰਸਟਾਗ੍ਰਾਮ ਦਾ ਅਕਾਊਂਟ ਆ, ਫੋਲੋ ਕਰਕੇ ਰਿਕੁਐਸਟ ਕਰ ਸਕਦੇ ਹੋ, ਆਨਸਰ ਮਿਲੇਗਾ ਜ਼ਰੂਰ। ਅਤੇ ਅਸੀਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਵੀਡੀਓ 'ਚ, ਤਦ ਤੱਕ ਸਾਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ ਅਤੇ ਚੱਕੀ ਰੱਖੋ ਇੱਦਾਂ ਹੀ ਕੰਮ ਕੰਮ ਨਾ। ਹੁਣ ਦੱਸਿਓ ਤੁਹਾਨੂੰ ਮੇਰੀ ਕੋਈ ਚੀਜ਼ ਨਹੀਂ ਪਸੰਦ? ਤੁਸੀਂ ਉਸਤਾਦ ਉਸਤਾਦ ਕਿਉਂ ਕਰਦੇ ਹੋ? ਗੱਲ ਤਾਂ ਸੁਣ ਲਓ, ਕੋਈ ਨਹੀਂ ਪਸੰਦ।